ਇਹ ਬਾਈ ਹਿਮਾਚਲ ਤੋਂ ਆਇਆ ਸੀਗਾ, ਹਿਮਾਚਲੋਂ ਆਇਆ ਇਹ ਜਮਾਂ ਯਾਰ ਕੀ ਕਹਿ ਦਈਏ ਵੀ ਪੇਂਟ ਪਿੱਛੋਂ ਵੀ ਪੂਰੀ ਮਾਰ ਖਾਂਦਾ ਸੀਗਾ ਇਹਦੇ। ਵੇਖੋ ਆਪਾਂ ਨਾਟ ਵੀ ਸਾਰੇ ਕੱਲੇ ਕੱਲੇ ਗੋਲਡਨ ਕੀਤੇ ਆ, ਜਿੰਕ ਕਰਾਇਆ ਠੀਕ ਆ, ਇੰਜਨ ਸਾਰਾ ਡੀਪ ਕਲੀਨ ਕੀਤਾ ਵਾ ਵੇਖੋ, ਇੰਜਨ ਪੂਰਾ ਸ਼ੀਸ਼ਾ ਬਣਿਆ ਵਿਆ ਤੇ ਸੈਰਾਮਿਕ ਕਰਕੇ ਆਪਾਂ ਖੜਾਇਆ ਵਾ, ਹੁਣ ਕਸਟਮਰ ਦੀ ਵੇਟ ਤੇ ਆ। ਉਹ ਸਰ ਸਪਲੈਂਡਰ ਨੂੰ ਕਿੰਨਾ ਖਰਚਾ ਲਊਗਾ ਜੇ ਕੋਟ ਕਰਾਉਣਾ ਹੋਵੇ? ਸਪਲੈਂਡਰ ਦਾ ਆਈ ਜਾਂਦਾ ਵੀਰੇ 3,500 ਤਾਈਂ। ਹਾਂ, ਕਿਉਂਕਿ ਅੱਜ ਕੱਲ੍ਹ ਉਹ ਰੀਲਾਂ ਚੱਲ ਪਈਆਂ ਨੇ, ਗਲੀ ਤੇਰੇ ਵਿੱਚ ਘੇਰ ਲਿਆ ਸਪਲੈਂਡਰ ਯਾਰਾਂ ਦਾ। ਇਹ ਐਕਸੀਡੈਂਟ ਕੇਸ ਸੀਗਾ ਸਾਰਾ, ਇਹ ਦੁਬਾਰਾ ਹੀ ਬਣਾਇਆ ਸੀ ਆਪਾਂ ਦੁਬਾਰਾ, ਮਤਲਬ ਕਿ ਜਿਹੜਾ ਕਿ ਨਵਾਂ ਸਪੇਅਰ ਪਾਰਟ ਪੈਣ ਵਾਲਾ ਸੀ ਆਪਾਂ ਨਵਾਂ ਪਾਇਆ ਵਾ, ਜਿਵੇਂ ਕਿ ਇਹਦਾ ਆਹ ਚੀਜ਼ ਵਿੰਗਾ ਹੋ ਗਿਆ ਸੀਗਾ ਹਨਾ, ਕਿੱਕ ਟੁੱਟ ਗਈ ਸੀਗੀ, ਅੱਛਾ ਸਲਾਂਸਰ ਵਿੰਗਾ ਹੋ ਗਿਆ ਸੀ, ਇਹ ਆਪਾਂ ਸਾਰਾ ਕੁਝ ਚੇਂਜ ਕੀਤਾ ਤੇ ਆ ਬਫ ਕੀਤਾ ਨਾਲ ਇੰਜਨ ਸਾਰਾ। ਅੱਛਾ, ਬਫ ਕਰਕੇ ਮਤਲਬ ਉੱਥੇ ਨਵਾਂ ਭਾਈ ਨਵਾਂ ਬਣਾਤਾ ਇਹਨੂੰ ਹੈ। ਇਹਦੀ ਤਾਂ ਹੋਈ ਰਿਪੇਅਰਿੰਗ? ਮੈਂ ਉਹਨਾਂ ਨੂੰ ਇੰਨੀ ਕੁ ਚੀਜ਼ ਤੇ ਡੈਮੋ ਦਿੱਤਾ, ਮੈਂ ਕਿਹਾ ਵੀਰੇ ਸ਼ਾਈਨ ਤੇ ਇਹਦੀ ਇਹੋ ਜਿਹੀ ਆ ਜੂਗੀ ਪੂਰੀ, ਪਰ ਜਿਹੜੇ ਕੀ ਆ ਸਕ੍ਰੈਚਸ ਵਗੈਰਾ ਹੈਗੇ ਆ, ਰੰਗ ਵਗੈਰਾ ਉਤਰਿਆ ਵਿਆ ਵਾ, ਮੈਂ ਕਿਹਾ ਜਿੱਥੋਂ ਰੰਗ ਉਤਰਿਆ ਉਹਦੀ ਜਗ੍ਹਾ ਤੇ ਮੈਂ ਕਲਮ ਲਾ ਦੂੰਗਾ ਜਿਵੇਂ ਇਹ ਆ, ਪਰ ਜਿਹੜਾ ਵਿੱਚੋਂ ਆ ਪੇਂਟ ਫਟਿਆ ਵਿਆ ਵਾ ਇਹਦਾ ਕੋਈ ਇਲਾਜ ਨਹੀਂ ਗਾ, ਇਹਦਾ ਪੇਂਟ ਹੋਊਗਾ ਸਹੀ ਨਹੀਂ ਕੀਤਾ। ਮੈਂ ਕਸਟਮਰ ਨੂੰ ਕਿਹਾ ਕਿ ਮੈਂ ਕਿਹਾ ਵੀਰੇ ਆਪਾਂ ਪੇਂਟ ਕਰਾ ਦਿੰਦੇ ਆ ਟੈਂਕੀ ਢਾਪੇ, ਤੇ ਉਹ ਵੀਰੇ ਦੇ ਫਾਦਰ ਕਹਿੰਦੇ ਵੀ ਨਹੀਂ, ਕਹਿੰਦੇ ਓਰੀਜਨਲ ਬਹੁਤ ਲੱਤਾ ਸੀ, ਮੈਂ ਓਰੀਜਨਲ ਹੀ ਰੱਖਣਾ ਭਾਵੇਂ ਇਦੂ ਹੋਰ ਰੰਗ ਲੱਥ ਜੇ, ਮੈਂ ਇਹਨੂੰ ਪੇਂਟ ਨਹੀਂ ਕਰਾਉਣਾ। ਕਿਉਂ ਇਹ ਆਪਾਂ ਤਿਆਰ ਕਰਨਾ, ਕਿਤਾ ਹਾਲਤ ਬਹੁਤ ਮਾੜੀ ਆ, ਇਹਦੇ ਜੰਗ ਜੁੰਗ ਪੈ ਰੱਖਿਆ ਲੋਕਾਂ ਨੂੰ ਸਾਰਾ, ਆ ਵੀ ਆਪਾਂ ਗੋਲਡਨ ਕਰ ਦੇਣਾ, ਆ ਤਾਂ ਜਿੰਨੇ ਇਹਦੇ ਨਾਟ ਨੂਟ ਨੇ ਸਾਰੇ ਗੋਲਡਨ ਕਰ ਦੇਣੇ ਆ। ਹਾਂ, ਬਸ ਇਹ ਤਰੇ ਇੱਕ ਇਹਦੀ ਟੈਂਕੀ ਲੀਕ ਕਰਦੀ ਸੀਗੀ, ਅੱਛਾ, ਤੇ ਆ ਟੈਂਕੀ ਕਰਕੇ ਆਪਾਂ ਮੈਂ ਕਿਹਾ ਬਾਈ ਇਹ ਸਾਰਾ ਪੇਂਟ ਹੀ ਕਰਾ ਦੇ, ਕੋਈ ਇਸ਼ੂ ਨਹੀਂਗਾ, ਕਿਉਂਕਿ ਇਹਦੀਆਂ ਰਬੜਾਂ ਰੁਬੜਾਂ ਸਾਰੀਆਂ ਬੋਡੀਆਂ ਹੋਈਆਂ ਵੀਆਂ ਨਾਟਾਂ ਨੂੰ ਜੰਗਾ ਲੱਗਿਆ, ਇਹ ਬਾਹਰ ਖੜ ਰੱਖਿਆ ਮੋਟਰਸਾਈਕਲ ਬਾਹਰ ਟੈਨ। ਹਾਂ ਹਾਂ, ਬੋਲਟ ਦੇ ਕਿੰਨੇ ਨੇ? ਕੱਲੀ ਕੋਟਿੰਗ ਦੇ 4,500 ਕੱਲੀ ਕੋਟਿੰਗ ਨੀ, ਸਾਰਾ ਵਿੱਚੇ ਇੰਜਨ ਬਫ ਕਰਕੇ, ਜਿੰਨਾ ਇਹਦਾ ਬਫ ਕਰੋਮ ਪਾਰਟ ਆ ਸਾਰਾ ਬਫ ਕਰਾਂਗੇ, ਪੇਂਟਡ ਪਾਰਟ ਤੇ ਸੈਰਾਮਿਕ ਕਰਾਂਗੇ। ਇਹਨੂੰ ਕੋਟਿੰਗ ਵੀ ਕੀਤੀ ਕਿ ਸਾਰਾ ਮੇਰੇ ਵੱਲੋਂ ਰੀਕੰਪਲੀਟ ਹੋਇਆ ਪਿਆ, ਰੀਨਿਊ ਬਣਾਇਆ ਆਪਾਂ। ਕਾਰਨ ਤੁਸੀਂ ਯਾਰ ਇੱਕ ਇੰਜਨ ਦੇ ਨਾਟ ਵੀ ਦੇਖ ਲਓ ਵੀ ਗੋਲਡਨ ਕੀਤੇ ਹੋਏ ਆ ਸਾਰੇ, ਸਭ ਕੁਛ ਕਰਕੇ ਰੈਲੀ ਕਰਕੇ ਖੜਾਇਆ ਹੋਇਆ, ਇੰਡੀਕੇਟਰ ਤੱਕ ਆਪਾਂ ਨਵੇਂ ਪਾਇਆ, ਤਾਰਾਂ ਤੱਕ ਨਵੀਆਂ ਪਾਈਆਂ, ਇੱਥੋਂ ਤੇ ਤੁਹਾਨੂੰ ਪਤਾ ਲੱਗ ਸਕਦਾ ਆ ਚੀਜ਼ ਤੋਂ। ਜਿਹਨੇ ਬੁਲਟ ਆਪਦੇ ਸਕੂਲ ਟਾਈਮ ਆਪਦੇ ਕਾਲਜ ਟਾਈਮ ਚਲਾਏ ਆ ਨਾ, ਹਾਂਜੀ, ਜਦੋਂ ਲਾ ਲਓ ਜਿਹਨੇ ਵੀ ਬੁਲਟ ਚਲਾਇਆ, ਜਦੋਂ ਅਗਲਾ 10 ਸਾਲੀ ਵੀ ਉਹਦੀ ਸੀਟ ਤੇ ਬਹਿੰਦਾ ਨਾ, ਬੰਦਾ ਫੇਰ ਜਵਾਨ ਹੋ ਜਾਂਦਾ ਆ, ਇਹ ਸਾਰੀ ਚੀਜ਼ ਇੱਦਾਂ ਦੀ ਆ, ਗੱਲ ਹੋਰ ਕੁਛ ਨਹੀਂ, ਮੂੰਹ ਫੇਰੀ ਬੰਦਿਆਂ ਦਾ ਇਹੋ ਜਿਹਾ। ਹਾਂਜੀ ਮਿੱਤਰੋ, ਦੇਖੋ ਨਾਲ ਤਾਂ ਇੱਕ ਬੰਦਾ ਸਾਡਾ ਕਰਦਾ ਕੋਟਿੰਗਾਂ ਦਾ ਕੰਮ, ਹੈ ਨਾਲ ਭਾਈ ਇਹ ਬੁਲਟ ਵੀ ਕੋਟ ਕਰਦਾ ਜਾਂ ਤਿਆਰ ਵੀ ਕਰਦਾ ਕਹਿ ਸਕਦੇ ਆ ਭਾਈ, ਸਾਰੇ ਕਿਸੇ ਨੇ ਇੰਜਣ ਕਰਾਉਣਾ, ਕੋਟ ਕਰਾਉਣਾ ਜਾਂ ਰੰਗ ਕਰਾਉਣਾ, ਕੁਛ ਵੀ ਕਰਾਉਣਾ ਭਾਈ, ਹੈ ਉਹ ਬਣੀ ਉਹ ਯਾਰ ਨਵਾਂ ਵੀ ਖੜਾ ਤੇਰੇ ਕੋਲੇ ਭਾਈ, ਪੁਰਾਣੇ ਵੀ ਖੜੇ ਨੇ, ਹਾਂਜੀ ਉਹਦਾ ਸੁੱਖ ਨਾਲ ਸਪਲੈਂਡਰ ਵੀ ਖੜਾ ਆ, ਹਾਂਜੀ ਹਾਂਜੀ, ਤੇ ਇਹਨਾਂ ਨੂੰ ਕੀਤਾ ਕੀ ਆ? ਇਹ ਵੀਰੇ ਇਹਨਾਂ 'ਚ 2-3 ਤਾਂ ਆਏ ਆ ਕੋਟਿੰਗ ਵਾਸਤੇ, ਡਿਟੇਲਿੰਗ ਵਾਸਤੇ ਸਾਰੇ, ਉਹ ਕਾਹਦੇ ਵਾਸਤੇ ਆਇਆ ਮੈਟ ਜਾਂ? ਇਹ ਐਕਸੀਡੈਂਟ ਕੇਸ ਸੀਗਾ ਸਾਰਾ, ਇਹ ਦੁਬਾਰਾ ਹੀ ਬਣਾਇਆ ਸੀ ਆਪਾਂ ਦੁਬਾਰਾ, ਮਤਲਬ ਕਿ ਜਿਹੜਾ ਕਿ ਨਵਾਂ ਸਪੇਅਰ ਪਾਰਟ ਪੈਣ ਵਾਲਾ ਸੀ ਆਪਾਂ ਨਵਾਂ ਪਾਇਆ ਵਾ, ਜਿਵੇਂ ਕਿ ਇਹਦਾ ਆਹ ਚੀਜ਼ ਵਿੰਗਾ ਹੋ ਗਿਆ ਸੀਗਾ ਹਨਾ, ਕਿੱਕ ਟੁੱਟ ਗਈ ਸੀਗੀ, ਅੱਛਾ ਸਲਾਂਸਰ ਵਿੰਗਾ ਹੋ ਗਿਆ ਸੀ, ਇਹ ਆਪਾਂ ਸਾਰਾ ਕੁਛ ਚੇਂਜ ਕੀਤਾ ਤੇ ਆ ਬਫ ਕੀਤਾ ਨਾਲ ਇੰਜਨ ਸਾਰਾ। ਅੱਛਾ, ਬਫ ਕਰਕੇ ਮਤਲਬ ਉੱਥੇ ਨਵੇਂ ਭਾਈ ਨਵਾਂ ਬਣਾਤਾ ਇਹਨੂੰ, ਹੈ ਇਹਦੀ ਤਾਂ ਹੋਈ ਰਿਪੇਅਰਿੰਗ? ਹਾਂ, ਤੇ ਜਿਹੜਾ ਆਹ ਖੜਿਆ ਜਿਹੜਾ ਇਹ ਆ, ਇਹ ਬਾਈ ਹਿਮਾਚਲ ਤੋਂ ਆਇਆ ਸੀਗਾ, ਇਹ ਹਿਮਾਚਲੋਂ ਆਇਆ, ਇਹ ਜਮਾਂ ਯਾਰ ਕੀ ਕਹਿ ਦਈਏ ਵੀ ਪੇਂਟ ਪਿੱਛੋਂ ਵੀ ਪੂਰੀ ਮਾਰ ਖਾਂਦਾ ਸੀਗਾ ਇਹਦੇ। ਵੇਖੋ ਆਪਾਂ ਨਾਟ ਵੀ ਸਾਰੇ ਕੱਲੇ ਕੱਲੇ ਗੋਲਡਨ ਕੀਤੇ ਆ, ਜਿੰਕ ਕਰਾਇਆ ਠੀਕ ਆ, ਇੰਜਨ ਸਾਰਾ ਡੀਪ ਕਲੀਨ ਕੀਤਾ ਵਾ ਵੇਖੋ, ਇੰਜਨ ਪੂਰਾ ਸ਼ੀਸ਼ਾ ਬਣਿਆ ਵਿਆ ਤੇ ਸੈਰਾਮਿਕ ਕਰਕੇ ਆਪਾਂ ਖੜਾਇਆ ਵਾ, ਹੁਣ ਕਸਟਮਰ ਦੀ ਵੇਟ ਤੇ ਆ। ਕਸਟਮਰ ਹੁਣ ਕਹਿੰਦਾ ਵੀ ਮੈਨੂੰ ਆਇਆ ਸੀ ਵੀਰੇ ਦਾ ਫੋਨ, ਕਹਿੰਦਾ ਵੀ 1-2 ਦਿਨਾਂ ਤੇ ਮੈਂ ਲੈ ਜਾਊਂਗਾ। ਗੱਲ ਦੱਸਾਂ ਜੱਟਾ, ਜਿਹੜਾ ਆਹ ਮੋਟਰਸਾਈਕਲ ਆ ਨਾ, ਇਹ ਤਾਂ ਹੁਸਨ ਆਇਆ ਕਹਿੰਦਾ ਕਿ ਚੱਕ ਲਓ ਹੋਈ ਪਈ ਆ ਜੱਟਾ ਜਮਾਂ ਹੀ, ਇਹ ਤਾਂ ਸੋਹਣਾ ਹੀ ਵਾਲਾ ਆ। ਅੱਛਾ, ਇਹਨੂੰ ਕੋਟਿੰਗ ਵੀ ਕੀਤੀ ਕਿ ਨਹੀਂ? ਸਾਰਾ ਮੇਰੇ ਵੱਲੋਂ ਰੀਕੰਪਲੀਟ ਹੋਇਆ ਪਿਆ, ਰੀਨਿਊ ਬਣਾਇਆ ਆਪਾਂ। ਕਾਰਨ ਤੁਸੀਂ ਯਾਰ
ਇੱਕ ਇੰਜਨ ਦੇ ਨਟ ਵੀ ਦੇਖ ਲਓ ਵੀ ਗੋਲਡਨ ਕੀਤੇ ਹੋਏ ਆ ਸਾਰੇ, ਸਭ ਕੁਛ ਕਰਕੇ ਰੈਲੀ ਕਰਕੇ ਖੜਾ ਹੋਇਆ, ਇੰਡੀਕੇਟਰ ਤੱਕ ਆਪਾਂ ਨਵੇਂ ਪਾਏ ਆ, ਤਾਰਾਂ ਤੱਕ ਨਵੀਆਂ ਪਾਈਆਂ, ਇੱਥੋਂ ਚਾਹੇ ਤੁਹਾਨੂੰ ਪਤਾ ਲੱਗ ਸਕਦਾ ਆ ਚੀਜ਼ ਤੋਂ, ਲੋਕ ਤੱਕ ਨਵੇਂ ਪਾਏ, ਮਤਲਬ ਕਹਿ ਦਈਏ ਭਾਈ ਦੇਖਣ ਦੇ ਵਿੱਚ ਨੀ ਚਲਾਵੇ ਦੇ ਵਿੱਚ ਵੀ ਮੋਟਰਸਾਈਕਲ ਤੁਹਾਨੂੰ ਯਾਰ ਐਂ ਕਰਤਾ ਜਿਵੇਂ ਹੁਣ ਏਜੰਸੀ ਕੱਢ ਕੇ ਲਿਆਏ ਹੁੰਦੇ ਆ ਤੇ ਬਾਈ ਕਹਿੰਦਾ ਯਾਰ ਠੰਡ ਬਹੁਤ ਆ, ਧੁੰਦ ਪੈਂਦੀ, ਕਹਿੰਦਾ ਹਿਮਾਚਲ ਤੋਂ ਲੈ ਕੇ ਆਉਣਾ ਬਹੁਤ ਔਖਾ ਯਾਰ, ਤੇ ਆਇਆ ਵੀ ਆਪਣੇ ਕੋਲ ਹਿਮਾਚਲ ਤੋਂ ਆ, ਤੇ ਹੁਣ ਵੀਰਾ ਕਹਿੰਦਾ ਮਾੜਾ ਮੌਸਮ ਜਾਂ ਚੇਂਜ ਹੁੰਦਾ ਮੈਂ ਫੇਰ ਮਾਰ ਚਲਾ ਕੇ ਲੈ ਜਾਊ ਹੈ ਯਾਰ, ਆਹ ਤੇ ਦੇਖ ਮੇਰੀ ਗੱਲ ਸੁਣ ਬਣੀ, ਇਹ ਦੇਖਣ ਨੂੰ ਬਹੁਤ ਸੋਹਣਾ ਆ ਹਾਂ, ਪਰ ਜੱਟਾ ਇਹਦੀ ਰੰਗ ਕਾਹਤੋਂ ਖਰਾਬ ਆ ਟੈਂਕੀ ਦੇ, ਹੈ ਰੰਗ ਵੀਰੇ ਹੁਣ ਇਹ ਬਹੁਤ ਪੁਰਾਣਾ ਰੰਗ ਆ, ਇਹਦਾ ਲਾਂਬੇ ਵਾਲਾ ਕੰਮ ਨਹੀਂ ਹੋ ਗਿਆ? ਨਹੀਂ ਨਹੀਂ ਆਪਾਂ ਇਹ ਕਸਟਮਰ ਨੂੰ ਪਹਿਲਾਂ ਨਾ ਇੰਨੀ ਕੁ ਚੀਜ਼ ਦਾ ਡੈਮੋ ਦਿੱਤਾ ਸੀਗਾ, ਇਹ ਜਦੋਂ ਮੇਰੇ ਕੋਲ ਆਇਆ ਸੀ ਨਾ ਮੈਂ ਪੇਜ ਤੇ ਵੀਡੀਓ ਪਾਈ ਵੀ ਆ ਬੁਲਟ ਦੀ, ਤੁਸੀਂ ਜਾ ਕੇ ਚੈੱਕ ਕਰਿਓ, ਬਹੁਤ ਯਾਰ ਮਾੜਾ ਹਾਲ ਸੀਗਾ, ਮੈਂ ਉਹਨਾਂ ਨੂੰ ਇੰਨੀ ਕੁ ਚੀਜ਼ ਤਾਂ ਡੈਮੋ ਦਿੱਤਾ, ਮੈਂ ਕਿਹਾ ਵੀਰੇ ਸ਼ਾਈਨ ਤਾਂ ਇਹਦੀ ਇਹੋ ਜਿਹੀ ਆ ਜੂਗੀ ਪੂਰੀ, ਪਰ ਜਿਹੜੇ ਕੀ ਆ ਸਕਰੈਚਿਸ ਵਗੈਰਾ ਹੈਗੇ ਆ, ਰੰਗ ਵਗੈਰਾ ਉਤਰਿਆ ਵਿਆ ਵਾ, ਮੈਂ ਕਿਹਾ ਜਿੱਥੋਂ ਰੰਗ ਉਤਰਿਆ ਉਹਦੀ ਜਗ੍ਹਾ ਤੇ ਮੈਂ ਕਲਮ ਲਾ ਦੂੰਗਾ ਜਿਵੇਂ ਇਹ ਆ, ਮੈਂ ਕੱਲ੍ਹ ਇੱਥੇ ਕਲਮ ਲਾਉਣੀ ਆ, ਪਰ ਜਿਹੜਾ ਵਿੱਚੋਂ ਆ ਪੇਂਟ ਫਟਿਆ ਵਿਆ ਵਾ ਇਹਦਾ ਕੋਈ ਇਲਾਜ ਨਹੀਂ ਗਾ, ਇਹਦਾ ਪੇਂਟ ਹੋਊਗਾ ਸਹੀ ਨਹੀਂ ਕੀਤਾ, ਮੈਂ ਕਸਟਮਰ ਨੂੰ ਕਿਹਾ ਕਿ ਮੈਂ ਕਿਹਾ ਵੀਰੇ ਆਪਾਂ ਪੇਂਟ ਕਰਾ ਦਿੰਦੇ ਹਾਂ ਟੈਂਕੀ ਟਾਪੇ, ਤੇ ਉਹ ਵੀਰੇ ਦੇ ਫਾਦਰ ਕਹਿੰਦੇ ਵੀ ਨਹੀਂ, ਕਹਿੰਦੇ ਓਰੀਜਨਲ ਬੁਲਟ ਲੱਤਾ ਸੀ, ਮੈਂ ਓਰੀਜਨਲ ਹੀ ਰੱਖਣਾ ਭਾਵੇਂ ਇਦੂ ਹੋਰ ਰੰਗ ਲੱਥ ਜੇ, ਮੈਂ ਇਹਨੂੰ ਪੇਂਟ ਨਹੀਂ ਕਰਾਉਣਾ, ਈਵਨ ਕਿ ਤੁਸੀਂ ਚੈੱਕ ਕਰੋ ਇਹਦੇ ਤੇ ਬਾਈ ਨੇ ਨਾ ਸਲਾਂਸਰ ਵੀ ਰੀਨਰ ਰੱਖਿਆ ਹੋਇਆ ਜਮਾ ਸਾਇਲੈਂਟ, ਜਿਵੇਂ ਏਜੰਸੀ ਹੋਇਆ ਸੀ, ਹਾਂ ਕੋਈ ਦੁੱਗ ਦੁੱਗ ਨਹੀਂ ਗਾ ਇਹਦੇ ਆਹ ਬੁਲਟ ਤੇ, ਹਾਂ ਤੇ ਇਹ ਬਾਈ ਨੇ ਆਹ ਵੇਖੋ ਇਹਦਾ ਹੈੱਡ ਵੀ ਸਾਰਾ ਧੁੱਪੇ ਫਟਿਆ ਹੋਇਆ, ਹਾਂ ਠੀਕ ਹੈ ਨਾ, ਇਹਦੇ ਤੇ ਸ਼ਾਈਨ ਹੈ ਨਹੀਂ ਸੀਗੀ, ਜਦੋਂ ਇਹ ਹੈੱਡ ਫਟਦਾ ਇਹਦੇ ਤੇ ਸ਼ਾਈਨ ਜ਼ਰੂਰ ਆ ਜਾਂਦੀ ਆ, ਆਹ ਸਕਰੈਚਿਸ ਜਿਹੜੇ ਹੈਗੇ ਇਹ ਲਾਈਟ ਹੋ ਜਾਂਦੇ ਆ, ਤਰੇੜਾ ਜਾਣੀਆਂ ਨਹੀਂ, ਨਹੀਂ ਇਹ ਜਾਣੀਆਂ ਨਹੀਂ, ਇਹ ਸਾਰੇ ਬੁਲਟਾਂ ਨੂੰ ਵੈਸੇ ਹੈ ਇਹ ਵਾਲੀ, ਹਾਂ ਵੀਰੇ ਹੈਗੀਆਂ ਮੋਸਟਲੀ 2007 ਤੋਂ ਲੈ ਕੇ 2008 ਤੱਕ ਆਈਆਂ ਸੀਗੀਆਂ, 7-8 ਦੇ ਵਿੱਚ ਹੈਗੀਆਂ ਨੇ, ਹੁਣ ਇਹਦਾ ਹੈੱਡ ਤੁਸੀਂ ਚੈੱਕ ਆਹ ਵੇਖੋ ਇਹਦਾ ਮਗਰਾੜ ਕਿੰਨਾ ਵਧੀਆ, ਮਗਰਾੜ ਵੇਖੋ ਪੂਰੀ ਸ਼ਾਈਨ ਆ, ਇੰਨੀ ਸ਼ਾਈਨ, ਇਹ ਨਵਾਂ ਤਾਂ ਨਹੀਂ ਪਾਇਆ ਹੋਵੇ? ਨਹੀਂ ਬਾਈ ਇਹ ਉਹੀ ਮਗਰਾੜ ਆ, ਆਹ ਵੇਖੋ ਨਵਾਂ ਪਾਇਆ ਹੁੰਦਾ ਨਾ ਇਹਦੀ ਆਹ ਚੀਜ਼ ਤੇ ਇੱਥੇ ਟੱਕ ਨਹੀਂ ਹੋਣਾ ਸੀਗਾ, ਠੀਕ ਆ ਹਜ਼ਾਰ ਨਿੱਕੇ ਨਿੱਕੇ ਟੱਕ ਹੈਗੇ ਆ, ਤੇ ਆਹ ਜਿਹੜਾ ਹੈਗਾ ਇਹ ਆਪਾਂ ਤਿਆਰ ਕਰ ਰਹੇ ਹਾਂ ਮੋਸਟਲੀ ਯਾਰ, ਜਿਵੇਂ ਹੁਣ ਬਾਈ ਦੀ ਚੋਇਸ ਸੀਗੀ, ਇਹ ਬਾਹਰੋਂ ਬਾਈ ਦਾ ਬੁਲਟ ਆ ਇਹ, ਬਾਹਰੋਂ ਭੇਜਿਆ ਸੀਗਾ, ਅੱਛਾ, ਤੇ ਬਾਈ ਕਹਿੰਦਾ ਵੀ ਇਹ ਆਪਾਂ ਇਹਦੇ ਸਾਰੇ ਮਤਲਬ ਚੇਂਜ ਵਗੈਰਾ ਕਰਨਾ, ਲੋਇਆ ਵੀਲ ਚੇਂਜ ਕਰਨੇ ਆ, ਮੈਂ ਮੰਗਵਾਏ ਹੋਏ ਆ ਲੋਇਆ ਵੀਲ ਬਾਈ ਦੀ ਚੋਇਸ ਦੇ, ਇੰਜਨ ਡੀਪ ਕਲੀਨ ਕੀਤਾ, ਲਾਈਟਾਂ ਵਗੈਰਾ ਚੇਂਜ ਕੀਤੀਆਂ ਵਾ, ਤੇ ਟੈਂਕੀ ਟਾਪੇ ਸਾਰੇ ਆਪਾਂ ਕੋਟਿੰਗ ਕੀਤੇ ਆ, ਸਟੈਂਡ ਦੀ ਪ੍ਰੋਬਲਮ ਸੀਗੀ ਸਟੈਂਡ ਬਦਲ ਕੇ ਦਿੱਤਾ ਵਾ, ਬੈਂਡੀ ਤੇ ਸਲੰਸਰ ਆਪਾਂ ਨਵਾਂ ਪਾਇਆ ਸਾਰਾ, ਹਾਂ ਤੇ ਸਾਰਾ ਤਿਆਰ ਕਰ ਰਹੇ ਹਾਂ, ਇੱਕ ਉੱਧਰ ਖੜਾ ਵਾ, ਉੱਧਰ ਵੀ ਖੜਾ ਹੈ ਫਲੋਰ ਵਾਲੇ, ਇੱਕ ਬੁਲਟ ਆਇਆ ਸੀਗਾ, ਇੱਕ ਸਪਲੈਂਡਰ ਆਇਆ ਫਲੋਰ ਤੋਂ, ਹੁਣ ਦੇਖ ਭਾਈ ਕਮੈਂਟ ਤਾਂ ਬਹੁਤ ਜਾਣੇ ਕਰਦੇ ਹੁੰਦੇ ਨੇ ਆਪਾਂ ਨੂੰ ਬੁਲਟਾਂ ਦੇ, ਉਹਨਾਂ ਨੇ ਕਿਹਾ ਯਾਰ ਤੁਸੀਂ ਲੋਕਾਂ ਨੂੰ ਵਿਗਾੜਦੇ ਪਏ ਆ ਭਾਈ, ਖਰਚਾ ਕਰਾਉਂਦੇ ਪਏ ਮੋਟਰਸਾਈਕਲਾਂ, ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ, ਭਾਈ ਸ਼ੌਂਕ ਦੀ ਗੱਲ ਦੇਖੋ ਐਂ ਆ, ਜਿਹਨੇ ਬੁਲਟ ਆਪਦੇ ਸਕੂਲ ਟਾਈਮ ਆਪਦੇ ਕਾਲਜ ਟਾਈਮ ਚਲਾਏ ਆ ਨਾ, ਜਾਂ ਲਾ ਲਓ ਜਿਹਨੇ ਵੀ ਬੁਲਟ ਚਲਾਇਆ, ਜਦੋਂ ਅਗਲਾ 10 ਸਾਲੀ ਵੀ ਉਹਦੀ ਸੀਟ ਤੇ ਬਹਿੰਦਾ ਨਾ, ਬੰਦਾ ਫੇਰ ਜਵਾਨ ਹੋ ਜਾਂਦਾ ਆ, ਇਹ ਸਾਰੀ ਚੀਜ਼ ਏਦਾਂ ਦੀ ਆ, ਗੱਲ ਹੋਰ ਕੁਛ ਨੀ, ਮੂੰਹ ਪਿਆਰੀ ਬੰਦਿਆਂ ਦਾ ਇਹੋ ਜਿਹਾ, ਉੱਧਰ ਉਹ ਤਿਆਰ ਕੀਤੇ ਆਪਾਂ, ਅੱਛਾ ਉੱਧਰ ਵੀ ਖੜੇ, ਉਹ ਤਿਆਰ ਹਜੇ ਕਰਨੇ ਆ, ਉਹ ਆਏ ਸੀ ਫਲੋਰ ਤੋਂ, ਅੱਛਾ ਆਹ ਖੜੇ ਨੇ, ਹਾਂ ਹਾਂ ਇਹ ਤਾਂ ਕਰਨੇ ਆ, ਇਹ ਕਰਨੇ ਆ, ਇਹ ਬਸ ਆਪਾਂ ਕੱਲ ਨੂੰ ਖੋਲ ਦੇਣਾ ਸਾਰਾ, ਇਹ ਆਪਾਂ ਕੱਲ ਨੂੰ ਖੋਲ ਦੇਣਾ, ਹਾਂ ਅੱਛਾ ਖੋਲਣਾ ਕੱਲ ਨੂੰ, ਕੱਲ ਨੂੰ ਖੋਲਣਾ, ਪਤਾ ਕਿਉਂ ਇਹ ਆਪਾਂ ਤਿਆਰ ਕਰਨਾ, ਕਿਤੇ ਹਾਲਤ ਬਹੁਤ ਮਾੜੀ ਆ, ਇਹਦੇ ਜੰਗ ਜੁੰਗ ਪੈ ਰੱਖਿਆ ਲੋਕਾਂ ਨੂੰ ਸਾਰਾ, ਆ ਵੀ ਆਪਾਂ ਗੋਲਡਨ ਕਰ ਦੇਣਾ, ਆ ਤਾਂ ਜਿੰਨੇ ਇਹਦੇ ਨਟ ਨੂਟ ਨੇ ਸਾਰੇ ਗੋਲਡਨ ਕਰ ਦੇਣੇ ਆ, ਹਾਂ ਬਸ ਇਹ ਤਰੇੜਾ ਨਹੀਂ, ਇੱਕ ਦੀ ਟੈਂਕੀ ਲੀਕ ਕਰਦੀ ਸੀਗੀ, ਅੱਛਾ, ਤੇ ਆ ਟੈਂਕੀ ਕਰਕੇ ਆਪਾਂ, ਮੈਂ ਕਿਹਾ ਬਾਈ ਇਹ ਸਾਰਾ ਪੇਂਟ ਹੀ ਕਰਾ ਦੇ, ਕੋਈ ਇਸ਼ੂ ਨਹੀਂਗਾ, ਕਿਉਂਕਿ ਇਹਦੀਆਂ ਰਬੜਾਂ ਰੁਬੜਾਂ ਸਾਰੀਆਂ ਬੋਡੀਆਂ ਹੋਈਆਂ ਵੀ ਆ ਨਟਾਂ ਨੂੰ ਜੰਗਾਲ ਲੱਗਿਆ, ਇਹ ਬਾਹਰ ਖੜ ਰੱਖਿਆ ਮੋਟਰਸਾਈਕਲ ਬਾਹਰ ਟਾਈਮ, ਹਾਂ ਹਾਂ ਇਹ ਬਾਹਰ ਖੜ ਕੇ ਪੈ ਰੱਖਿਆ, ਚੱਲਿਆ ਨਹੀਂ, ਇਹ ਇੱਕੋ ਬਾਈ ਦੇ ਮੋਟਰਸਾਈਕਲ ਆ ਦੋਨੇ, ਬਾਈ ਕਹਿੰਦਾ ਇਹਨੂੰ ਕੋਟਿੰਗ ਕਰਨਾ, ਅੱਛਾ ਇਹਨੂੰ ਕੋਟ ਵੀ ਕਰਨਾ, ਇਹਨੂੰ ਕੋਟ ਵੀ ਕਰਨਾ, ਉਹ ਸਰ ਸਪਲੈਂਡਰ ਤੂੰ ਕਿੰਨਾ ਖਰਚਾ ਲਾਉਂਗਾ ਜੇ ਕੋਟ ਕਰਾਉਣਾ ਹੋਵੇ ਕਿਸੇ, ਸਪਲੈਂਡਰ ਦਾ ਆਈ ਜਾਂਦਾ ਵੀਰੇ 3,500 ਤਾਈਂ, ਹਾਂ ਕਿਉਂਕਿ ਅੱਜ ਕੱਲ੍ਹ ਉਹ ਰੀਲਾਂ ਚੱਲ ਪਈਆਂ ਨੇ, ਗਲੀ ਤੇਰੇ ਵਿੱਚ ਘੇਰ ਲਿਆ ਸਪਲੈਂਡਰ ਯਾਰਾਂ ਦਾ, ਨਹੀਂ ਸਪਲੈਂਡਰ ਵੀ ਮੇਰੇ ਕੋਲ ਬਹੁਤ ਆਉਣ ਲੱਗ ਗਿਆ, ਹਾਂ ਕੋਟਿੰਗ ਕਰਨ ਵਾਸਤੇ,
ਬਈ ਹੁਣ ਯਾਰ ਅੱਜ ਕੱਲ ਦੀ ਜਨਰੇਸ਼ਨ ਨੂੰ ਆਇਆ ਚੀਜ਼ ਵਧੀਆ ਸਾਫ਼ ਰਵੇ ਆ, ਸਾਫ਼ ਰਵੇ, ਲਸ਼ਕੂਰਾ ਮਾਰੇ, ਉਹਦੇ ਕਰਕੇ ਆਪਾਂ ਨੂੰ ਕੋਟਿੰਗ ਕਰਾਉਣੀ ਪੈਣੀ ਆ। ਹੁਣ ਬੋਲਟਾਂ ਦੇ ਮੈਨੂੰ ਲੋਕੀ ਕਹਿੰਦੇ ਵੀਰ ਆਪਾਂ PPF ਕਰ ਦਈਏ ਬੋਲਟ ਤੇ, ਮੈਂ ਕਿਹਾ ਵੀਰੇ PPF ਨਹੀਂ, ਬੋਲਟ ਤੇ ਸਹੀ ਰਹਿਣੀ ਜੀ, ਉਹ ਗੱਡੀ ਤੇ ਹੀ ਸਹੀ ਰਹੂ, ਕੋਟਿੰਗ ਇਹਦੇ ਤੇ ਸਹੀ ਰਹੂਗੀ, ਪਰ ਇਹਦੀ ਕੇਅਰ ਇਹਦੀ ਆਪਾਂ ਨੂੰ ਕਰਨੀ ਪੈਣੀ ਆ ਆਪ, ਕੇਅਰ ਆਪਦੀ ਜਗ੍ਹਾ। ਹਾਂ ਕੇਅਰ ਆਪਦੀ ਜਗ੍ਹਾ। ਸਪਲੈਂਡਰ ਦੇ ਦੱਸ ਕਿੰਨੇ ਪੈਸੇ ਲੈਣੇ? ਸਪਲੈਂਡਰ ਦਾ 3,350 ਤੇ, ਬੋਲਟ ਦੇ ਕਿੰਨੇ ਲੈਣੇ? ਕੱਲੀ ਕੋਟਿੰਗ ਦੇ 4,500, ਕੱਲੀ ਕੋਟਿੰਗ ਨਹੀਂ, ਸਾਰਾ ਵਿੱਚੇ ਇੰਜਣ ਬਫ ਕਰਕੇ, ਜਿੰਨਾ ਇਹਦਾ ਬਫ ਕਰੋਮ ਪਾਰਟ ਆ ਸਾਰਾ ਬਫ ਕਰਾਂਗੇ, ਪੇਂਟਡ ਪਾਰਟ ਤੇ ਸਾਰਾ ਵੀ ਕਰਾਂਗੇ, ਪੇਂਟਡ ਪਾਰਟਸ ਰਹਿਵੇਂ ਕਿ ਬਾਕੀ ਸਾਰਾ ਬਫ ਕਰਕੇ ਲਸ਼ਕਾ ਕੇ ਨਵਾ ਕੇ ਧਵਾ ਕੇ ਦੇ ਦੇਣਾ। ਤੇ ਇਹਦੇ ਵਿੱਚ ਕੱਲੀ ਕੋਟਿੰਗ ਹੀ ਆ? ਇਹਦੇ ਵਿੱਚ ਕੋਟਿੰਗ ਕਰਾਂਗੇ, ਇੰਜਨ ਕਲੀਨ ਕਰਾਂਗੇ, ਜਿਵੇਂ ਇੰਜਨ ਤੇ ਆ ਜਿਹੜਾ ਕੀ ਕਹਿੰਦੇ ਆ ਕਾਲਾ ਰੰਗ ਆ, ਜਿੰਨਾ ਕਰੋਮ ਪਾਰਟ ਆ ਬਾਕੀ ਉਹ ਵੀ ਹੋਊਗਾ ਵਿੱਚ, ਜਿਵੇਂ ਹੁਣ ਆ ਪੱਤੀ ਆ ਇਹ ਵੀ ਕਲੀਨ ਹੋਊਗੀ ਸਾਰੀ, ਆ ਕਿੱਕ ਹੋ ਗਈ, ਆ ਹੋ ਗਿਆ ਹੈਂਡਲ ਹੋ ਗਿਆ, ਠੀਕ ਆ, ਬ੍ਰੇਕ ਪੈਡਲ ਹੋ ਗਿਆ, ਜਿੰਨਾ ਕਰੋਮ ਪਾਰਟ ਇਹ ਤੇ ਹੋਊਗਾ, ਸਾਰੀ ਡਸਟ ਕੱਢ ਕੇ ਅਗਲੇ ਬੰਦੇ ਨੂੰ ਨਵਾਂ ਬਣਾ ਲਾਂਗੇ ਦੇਣਾ ਹੈ। ਹਾਂਜੀ ਹਾਂਜੀ। ਅੱਛਾ ਇਹਦਾ 3,000 ਆ, ਇਹਦਾ 4,500, ਇਹਦਾ 4,500 ਤੇ, ਤੇ ਜਿਹੜੀ ਗੱਡੀ ਆ ਉਹਦੇ ਕਿੰਨੇ ਲੈਣੇ ਆ ਸੱਚ? 15,000 ਕਿ 20,000? ਗੱਡੀ 15,000 ਤੋਂ ਸਟਾਰਟਿੰਗ ਆ। ਹਾਂ ਬਾਕੀ ਹੁਣ ਅਗਲੇ ਦੀ ਚੋਇਸ, ਉਹਨਾਂ ਨੇ ਕਿਹੜੀ ਕੋਟਿੰਗ ਕਰਾਉਣੀ ਹੈ, ਡਬਲ ਕੋਟ ਕਰਾਉਣੀ ਹੈ, ਟ੍ਰਿਪਲ ਕਰਾਉਣੀ ਆ, ਸੈਰਾਮਿਕ ਹੋ ਗਈ, ਗਰਫੇਨ ਕੋਟਿੰਗ ਹੋ ਗਈ, ਆ ਸੈਲਫ ਹੀਲਿੰਗ ਹੋ ਗਈ, ਉਹ ਅਗਲੇ ਕਸਟਮਰ ਤੇ ਚੋਇਸ ਆ, ਪਰ ਕੇਅਰ ਆਪਦੀ ਜਗ੍ਹਾ। ਠੀਕ ਆ ਹੁਣ ਆਏ ਨਾ ਹੋਵੇ ਪਰ ਵੀਰੇ ਮੈਂ ਮੈਨੂੰ ਫੋਨ ਲਾ ਕੇ ਕੋਈ ਵੀਰੇ ਯਾਰ ਗੱਡੀ ਤੁਸੀਂ ਕਰਕੇ ਦਿੱਤੀ ਸੀ ਨਵੀਂ ਤੇ ਫਿਰ ਉਹੀ ਹਾਲ ਹੋ ਗਿਆ, ਜਿਹੜੇ ਕਿ ਸੋਇਲ ਮਾਰਕ ਪੈਣਗੇ ਕੋਟਿੰਗ ਦੀ ਲੇਅਰ ਉੱਤੇ ਪੈਣਗੇ ਉਹ ਰਿਪੇਅਰ ਹੋ ਸਕਦੇ ਨੇ। ਬਾਕੀ ਇਹ ਗੱਲ ਸਹੀ ਸਹੀ ਆ ਕਿ ਤੂੰ ਮੇਰੀ ਗੱਡੀ ਕੋਟ ਕਰੀ ਸੀਗੀ ਉਦੋਂ, ਤੇ ਕੀਤੀ ਨੂੰ ਦੋ ਸਾਲ ਹੋ ਚੱਲੇ ਭਾਈ ਇਹਨੂੰ, ਤੇ ਜਦੋਂ ਇਹ ਕੋਟ ਕੀਤੀ ਸੀਗੀ, ਇੱਥੇ ਬਹੁਤ ਵਾਰੀ ਇੱਦਾਂ ਹੁੰਦਾ ਕਿ ਚਲੋ ਕਈ ਵੀਰ ਸਾਨੂੰ ਬਹੁਤ ਪਿਆਰ ਕਰਦੇ ਹੋ, ਗੱਡੀ 'ਤੇ ਪਿਆਰ ਦੇ ਜਾਂਦੇ ਆ, ਅਤੇ ਫਿਰ ਉਹ ਜਦੋਂ ਅਸੀਂ ਮਾੜਾ ਜਿਹਾ ਉਹ 'ਤੇ ਉਹ ਕਸਾਉਂਦੇ ਜੇ ਹੁੰਦੇ ਕੰਮ, ਉਹ ਕਰਾ ਦੀਦਾ ਆ, ਤਾਂ ਬਸ ਸਕਰੈਚ ਉੱਤਰ ਜਾਂਦੇ ਆ, ਸਕਰੈਚ ਮਤਲਬ ਉਹ ਕੋਟਿੰਗ ਸਾਰਾ ਆਪਦੇ ਸਿਰ 'ਤੇ ਲੈ ਲੈਂਦੀ ਆ, ਕੋਟਿੰਗ ਬਾਅਦ ਹੀ ਮਾਂ ਮਾਰ ਗਈ ਹੋਈ ਆ, ਕੋਟਿੰਗ ਬਾਈ ਕੇਅਰ ਕਰਨੀ ਪੈਂਦੀ ਆ। ਹੁਣ ਜਿਵੇਂ ਯਾਰ ਤੁਸੀਂ ਹੁਣ ਕੇਅਰ ਨਹੀਂ ਕਰਦੇ ਹਨਾ, ਤੁਸੀਂ ਤਾਂ ਮਹੀਨੇ ਬਾਅਦ ਮੇਰੇ ਕੋਲ ਗੱਡੀ ਲੈ ਆਉਂਦੇ ਹੋ, ਮੈਂ ਮਾੜਾ ਮੋਟਾ ਇੱਥੇ ਫਿਰ ਹੱਥ ਪਹਿਲਾਂ ਜਾਂ ਮਾਰ ਦਿੰਦਾ ਵਾ, ਠੀਕ ਆ ਨਾ, ਹੁਣ ਇੱਥੇ ਮਿੱਟੀ ਪੂਰੀ ਚੜੀ ਹੋਈ ਆ। ਹਾਂ ਵਾਕਿਆ ਤੇਰੀ ਗੱਲ ਸਹੀ, ਠੀਕ ਆ, ਪਰ ਇੱਥੇ ਸ਼ਾਈਨ ਵੇਖੋ, ਹਾਂ ਇਹ ਆ ਵੇਖੋ ਮਿੱਟੀ ਦੇ ਲਾ ਗੱਡੀ ਤੇ, ਗਿੱਠ ਗਿੱਠ ਮਿੱਟੀ ਚੜੀ ਹੋ ਆ, ਪਰ ਐ ਪਤਾ ਨਹੀਂ ਲੱਗਦਾ ਸ਼ਾਈਨ ਕੋਟਿੰਗ ਕਰਕੇ। ਤਾਂ ਬਾਕੀ ਮਿੱਤਰਾ ਦੇਖੋ, ਕਿਸੇ ਨੇ ਕੁਛ ਵੀ ਕਰਾਉਣਾ ਆ, ਕੰਮ ਮੁੰਡਾ ਆਪਣਾ ਬਹੁਤ ਕਰਨ ਲੱਗ ਗਿਆ, ਜਦੋਂ ਨੇ ਭਾਈ ਮੈਨੂੰ ਪਹਿਲੀ ਵਾਰੀ ਮਿਲਿਆ ਸੀ ਮੈਨੂੰ ਕਹਿੰਦਾ ਵੀਰੇ ਵੀਡੀਓ ਕਰਾਉਣੀ ਆ ਭਾਈ, ਮੈਂ ਗੱਡੀਆਂ ਦਾ ਕੰਮ ਖੋਲਿਆ ਕੋਟਿੰਗ ਦਾ, ਫਿਰ ਥੋੜ੍ਹੇ ਟਾਈਮ ਬਾਅਦ ਡਿੱਪ ਪੈਂਦਾ ਹੁੰਦਾ ਯਾਰ ਵੀਰੇ ਕੰਮ ਨਹੀਂ ਚੱਲਦਾ, ਐਂ ਨਹੀਂ ਹੋ ਗਿਆ, ਫਿਰ ਮੈਨੂੰ ਐਂ ਤਾਂ ਮੈਂ ਕਿਹਾ ਚੱਲ ਯਾਰ ਜੇ ਭਰਾ ਬੈਠੇ ਆ, ਪਰਮਾਤਮਾ ਬੈਠਾ ਆ, ਤੁਹਾਡੇ ਵਰਗੇ ਭਰਾ ਬੈਠੇ, ਕੰਮ ਆਪੇ ਚੱਲ ਪੈਣਗੇ, ਹੁਣ ਆਪਣਾ ਬਾਈ ਆ ਅਸੀਂ ਦੋਨੇ ਭਰਾ ਭਰਾ ਹੋ ਗਏ ਬਸ, ਅਤੇ ਚੱਕ ਲੈ ਕੇ ਫੜ ਕੇ ਕੰਮ ਵਾਲੀਆਂ ਕੀਲੀਆਂ ਸਾਰੀਆਂ, ਅਤੇ ਬਾਕੀ ਜਿਹੜੇ ਵੀ ਆਉਣਾ ਭਾਈ ਦੇਖੋ ਗਰੰਟੀ ਚੱਕਣ ਨੂੰ ਮੈਂ ਬੈਠਾ ਆ, ਇਹਦਾ ਨੰਬਰ ਨਹੀਂ ਲੱਗਦਾ ਮੈਨੂੰ ਫੋਨ ਕਰ ਦਿਓ ਕੰਮ ਹੋ ਜੂ, ਠੀਕ ਆ, ਨੰਬਰ ਦੇ ਤੇ ਚਟਾ ਆਈਡੀ ਦੇ ਤੀ ਬਸ, ਫਿਰ ਬਾਕੀ ਤੁਸੀਂ ਦੇਣਾ ਭਾਈ ਜੋ ਬਾਕੀ ਆਪਣੇ ਪੇਜ 'ਤੇ ਜਾ ਕੇ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ, ਉਹਦੇ 'ਤੇ ਬਿਫੋਰ ਵਾਲੀਆਂ ਆਫਟਰ ਵਾਲੀਆਂ ਦੋਨੇ ਪਾਈਆਂ ਹੁੰਦੀਆਂ ਇੰਸਟਾਗ੍ਰਾਮ 'ਤੇ ਅਮਨ ਕਾਰ ਡਿਟੇਲਿੰਗ, ਉੱਥੇ ਜਾ ਕੇ ਤੁਸੀਂ ਚੈੱਕ ਕਰੋ ਅਤੇ ਫੋਲੋ ਕਰੋ, ਜਿਹੜਾ ਬਾਈ ਫੋਲੋ ਕਰੂਗਾ ਪੇਜ ਨੂੰ ਅਤੇ ਸ਼ੇਅਰ ਕਰੂਗਾ ਉਹਨੂੰ ਡਿਸਕਾਊਂਟ ਵੀ ਦੇਵਾਂਗੇ। ਹਾਂ ਸਤਿ ਸ਼੍ਰੀ ਅਕਾਲ ਜੀ।